रियल पॉसिबल ਹੋ ਸਕੇ ਉਹਨਾਂ ਅਸੀਂ ਕੋਸ਼ਿਸ਼ ਕੀਤੀ ਸੀ ਸ਼ੂਟ ਕੀਤਾ ਤੇ ਮੈਨੂੰ ਉਹ ਥੋੜਾ ਈ ਸੀ ਸੀਗਾ ਮੇਰੇ ਲਈ ਕਿਉਂਕਿ ਸਾਹਮਣੇ ਹੁੰਦੇ ਸੀਗੇ ਬਟ ਹਾਂ ਉਹ ਜਿਹੜਾ ਡਰ ਹੋਣਾ ਚਾਹੀਦਾ ਆ ਭੂਤ ਨੂੰ ਦੇਖ ਕੇ ਉਹ ਨੇਚਰਲੀ ਆ ਜਾਂਦਾ ਸੀ ਕਿਉਂਕਿ ਸ਼ੀ ਵਾਸ ਲੁਕਿੰਗ ਸੋ ਸਕੈਰੀ ਸੱਚੀ ਵਿੱਚ ਹੀ ਮੈਨੂੰ ਯਾਦ ਆ ਜਿੱਦ ਦਿਨ ਸਾਡਾ ਪਹਿਲਾ ਦਿਨ ਸੀ ਸ਼ੂਟ ਦਾ ਉਦੋਂ ਮੈਂ ਮਿਲਿਆ ਨਹੀਂ ਸਾਵਨ ਹੋਰਾਂ ਨੂੰ ਹਣਾ ਔਰ ਮੈਂ ਲਾਈਵ ਦੇਖਿਆ ਵੀ ਨਹੀਂ ਸੀਗਾ ਫੋਟੋ ਚ ਦੇਖਿਆ ਸੀ ਕਿਉਂਕਿ ਇਹਨਾਂ ਦਾ ਪਹਿਲਾ ਟ੍ਰਾਇਲ ਹੋਇਆ ਸੀਗਾ ਤੇ ਸਾਰੇ ਮੈਨੂੰ ਕਹ ਰਿਹਾ ਤੁਸੀਂ ਦੇਖਿਆ ਸਾਵਨ ਮੈਮ ਨੂੰ ਦੇਖਿਆ ਭਾਜੀ ਤੁਸੀਂ ਜਾਂ ਕੋਈ ਵੀ ਆ ਕੇ ਤੁਸੀਂ ਸਾਵਨ ਜੀ ਨੂੰ ਦੇਖਿਆ ਬੜੇ ਡਰਾ ਮੈਨੂੰ ਨਹੀਂ ਦੇਖਿਆ ਨਹੀਂ ਮੈਂ ਕਿਹਾ ਯਾਰ ਕਿੰਨੀ ਕਿ ਡਰਾ ਮੈਨੂੰ ਲੱਗ ਜੂਗੀ ਮਤਲਬ ਪਤਾ ਹੀ ਨਹੀਂ ਤੁਸਤੇ ਕਹਿੰਦੇ ਮੈਂ ਬਿਰਮੇ ਕਾ ਪਹਿਲਾਂ ਦੇਖੀ ਹੋਈ ਐ ਹਾਂ ਯਾਰੇ ਮੈਂ ਨਹੀਂ ਗਿਆ ਯਾਰ ਕੁਝ ਵੀ ਯਾਰ ਇਸ ਬੰਦੇ ਨੂੰ ਕੁੱਟਣਾ ਤੁਸੀਂ ਦੋਵਾਂ ਨੇ ਹੁਣ ਠੀਕ ਹੈ ਤੇ ਆਡੀਅנס ਹੀ ਕਰ ਦੇਗੀ ਕੰਮ ਉਹ ਤੇ ਸਾਡਾ ਨੂੰ ਵੀ ਦੇ ਰਿਹਾ ਕਿ ਉਹ ਫਿਰ ਜਦੋਂ ਮੈਂ ਉਹ ਸੀਨ ਆ ਜਦੋਂ ਸਾਡਾ ਪਹਿਲਾ ਸੀਨ ਸੀਗਾ ਕਿ ਉੜ ਕੇ ਇਦਾਂ ਪਿੱਛੋਂ ਇੱਕਦਮ ਸਾਹਮਣੇ ਆਉਂਦੀ ਮੇਰੇ ਸਾਰਾ ਕੁਝ ਥੋੜੀ ਬਤਾ ਦਵਾਂ ਜਦੋਂ ਫਸਟ ਟਾਈਮ ਆਈ ਮੇਰੇ ਸਾਹਮਣੇ ਮੈਂ ਇਹਨਾਂ ਨੂੰ ਉਦੋਂ ਹੀ ਚਾਂ ਮੈਂ ਕਰ ਆ ਆ ਦੇਖ ਮੇਰੇ ਨਾ ਗੂਸਬੰਮਸ ਆ ਗਏ ਜੀ ਮੈਂ ਕਿਹਾ ਸੱਚੀ ਮੈਨੂੰ ਡਰ ਲੱਗ ਰਿਹਾ ਹਾਂ ਆਈ ਔਰ ਇਹਨਾਂ ਨੇ ਔਰ ਇਹਨੇ ਇੰਨਾ ਅਫੈਕਟ ਕੀਤਾ ਨਾ ਸੀਰੀਅਸਲੀ ਇਹਨੇ ਨਾਲ ਖੜਿਆ ਜਾਂ ਬੈਠੇ ਆ ਤਾਂ ਕਹਿ ਰਿਹਾ ਮੈਂ She's done a fantastic job to see dekhoge to of course like haan, that character os play karna sokha ji kisi aur waste savan play kar raha hai because she relates to it savan and trail kya ja raha hai indirectly ek cheez aur main add on karna chahungi ji 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 aap to cha piyo thank you so much matlab ek cheez aur hundi hai ek cue dena bhi apne co actor nu kitna kithe main mostly bade time idda ho janda si kai wari main free ho jandi si par us scene idda da hunda si ga ki main ਖੁਦ ਵੀ ਐਫਰਟ ਕਰ ਸਕਾ ਹੈ ਨਾ ਚਾਹੇ ਯੂਵੀ ਨੇ ਚਾਹੇ ਅਰੂਸ਼ੀ ਨੇ ਮੇਰੇ ਹੁੰਦਸੀਗਾ ਕਿ ਮੈਂ ਚਾਹੇ ਕੈਮਰੇ ਦੇ ਪਿੱਛੇ ਮੈਂ ਕਿਤਨਾ ਕਿਤੇ ਉਹਨਾਂ ਨੂੰ ਫੀਲ ਫਿਰ ਵੀ ਆਪਣੀ ਤਰਫ ਤੋਂ ਭਾਵੇਂ ਉਹ ਐਕਟ ਵੈਲ ਐਂਡ ਗੁੱਡ ਬਹੁਤ ਵਧੀਆ ਐਕਟ ਕੀਤਾ ਉਹਨਾਂ ਨੇ ਬਟ ਵੀ ਉਹਨਾਂ ਨੂੰ ਹੋਰ ਹੈਲਪ ਮਿਲ ਜੇ ਤੇ ਮੈਂ ਹਮੇਸ਼ਾ ਉਹਨਾਂ ਨੂੰ ਕਿਉਂ ਕੋਸ਼ਿਸ਼ ਕਰਦੀ ਸੀ ਕਿ ਦੇ ਦਾਂ ਕਿ ਉਹਨਾਂ ਨੂੰ ਡਰ ਲੱਗੇ ਕਿ ਯਾਰ ਸਾਫ ਤੇ ਗੁੜੀ ਇੱਥੇ ਹੀ ਹੈ ਬੱਸ ਨਾਈਂਔਰ ਵੈਸੇ ਵੀ ਤੁਹਾਨੂੰ ਵੈਸੇ ਦੀਵਾਰਾਂ ਤੇ ਚੜਨ ਦਾ ਲਟਕਣ ਦਾ ਬਚਪਨ ਤੋਂ ਸ਼ੌਂਕ ਸੀਗਾ ਮੈਂ ਹੈ ਨਾ ਬਿਲਕੁਲ ਮੇਰਾ ਜਿਹੜੀ ਵਿਸ਼ਾ ਉਹ ਗੁੜੀਆਂ ਫਿਲਮ ਕਰਨ ਤੋਂ ਬਾਅਦ ਪੂਰੀ ਹੋ ਗਈ ਮੈਨੂੰ ਸਟੰਟ ਕਰਨਾ ਮੈਨੂੰ ਜਾਦੂ ਕਰਨਾ ਬਹੁਤ ਪਸੰਦ ਆ ਸੋ ਰੱਬ ਨੇ ਮੇਰੀ ਸੁਣ ਲਈ ਤੇ ਮੈਨੂੰ ਗੁੜੀਆਂ ਬਣਾ ਦਿੱਤਾ ਬੱਸ ਇੰਦੀ ਹਸੜਾਉਣਾ ਨੇ